ਜਾਗਤ ਉਡਾਉਂਦੇ ਆ ਸਰ, ਸਾਰੇ ਜਾਣੇ ਮੜਾਉਂਦੇ ਆ, ਤੇ ਪਰ ਕੀ ਕਰ ਸਕਦੇ ਆ, ਲੋਕਾਂ ਦਾ ਹੁਣ ਮੂੰਹ ਥੋੜੀ ਬੰਦ ਕਰ ਸਕਦੇ ਆ। ਲੋਕਾਂ ਨੂੰ ਆਪਣੇ ਆਪ ਸ਼ਰਮ ਚਾਹੀਦੀ ਆ ਨਾ, ਕਿਉਂ ਏਦਾਂ ਕਰਦੇ, ਉਹਨਾਂ ਦੇ ਵੀ ਬੱਚੇ ਹੁੰਦੇ ਆ, ਉਹਨਾਂ ਦੇ ਜਿਨ੍ਹਾਂ ਦੇ ਬੱਚੇ ਚੱਲਦੇ ਫਿਰਦੇ ਆ, ਉਹ ਏਦਾਂ ਕਰਦੇ ਆ ਜਿਹੜੇ ਵੱਡੇ ਵੱਡੇ ਹੈਗੇ ਆ। ਲੋਕੀ ਪਹਿਲੇ ਇੱਦਾਂ ਦੇ ਸਵਾਲ ਕਰਦੇ, ਫਿਰ ਮਨ ਬੜਾ ਦੁਖੀ ਹੁੰਦਾ ਵੀ ਦੱਸੋ ਤੁਸੀਂ ਤਾਂ ਇੱਦਾਂ ਕਰਦੇ, ਸਾਰੀ ਇਨਫੋਰਮੇਸ਼ਨ ਇਕੱਠੀ ਕਰਦੇ, ਐਂ ਤਾਂ ਲੱਗਦਾ ਵੀ ਪਤਾ ਨਹੀਂ ਸਾਰਾ ਸਾਡਾ ਠੇਕਾ ਇਹਨਾਂ ਨੇ ਚੁੱਕਣਾ ਹੈਗਾ ਅੱਗੇ ਜਾ ਕੇ। ਫਿਰ ਦੁੱਖ ਬੜਾ ਲੱਗਦਾ ਕਈ ਵਾਰ, ਫਿਰ ਸੋਚੀਦਾ ਚਲੋ ਰੱਬ ਨੇ ਇਹਨਾਂ ਨੂੰ ਵੀ ਉਹਨਾਂ 'ਚ ਰੱਖਿਆ ਆ ਕਿ ਜਿਹੜੇ ਸਵਾਲ ਇੱਦਾਂ ਦੇ ਕਰਦੇ ਆ। ਅਸੀਂ ਨਹੀਂ ਪਰ ਕਦੇ ਸਾਡੇ ਤੋਂ ਵੀ ਰਹੇ ਗੁਜ਼ਰੇ ਲੋਕ, ਅਸੀਂ ਕਦੇ ਉਹਨਾਂ ਨੂੰ ਇੱਦਾਂ ਦੇਖਦੇ ਵੀ ਨਹੀਂ ਆ, ਅਸੀਂ ਕਹੀਦਾ ਕੀ ਪਤਾ ਉਹ ਰੱਬ ਨੇ ਕਿਉਂ ਇੱਦਾਂ ਕੀਤਾ, ਹੈ ਨਾ। ਕਦੇ ਮਜ਼ਾਕ ਨਹੀਂ ਉਡਾਇਆ ਕਿਸੇ ਦਾ ਵੀ ਨਾ। ਤਾਂ ਨਹੀਂ ਕਹਿੰਦੇ ਪਰ ਪਿੱਠ ਪਿੱਛੇ ਬਥੇਰਾ ਕੁਛ ਮੇਰੇ ਬਾਰੇ ਬੋਲਦੇ ਆ, ਪਰ ਮੈਨੂੰ ਜਦੋਂ ਪਤਾ ਲੱਗਦਾ ਦੁੱਖ ਤਾਂ ਲੱਗਦਾ ਆ, ਪਰ ਫਿਰ ਕਹੀਦਾ ਕਿ ਚਲੋ ਕੋਈ ਗੱਲ ਨਹੀਂ, ਜਿਹੜੇ ਕਹਿੰਦੇ ਆ ਉਹਨਾਂ ਦੀ ਆਪਣੀ ਸੋਚ ਹੈਗੀ ਆ, ਆਪਾਂ ਕਿਸੇ ਦੀ ਸੋਚ ਨਹੀਂ ਬਦਲ ਸਕਦੇ। ਜਿੰਨੀ ਕੁ ਕਿਸੇ ਦੀ ਸੋਚ ਆ ਉਹ ਆਪਣੀ ਦਿਖਾਈ ਦਿੰਦਾ ਵੀ ਭਾਈ ਮੈਂ ਇੱਥੋਂ ਤੱਕ ਹੀ ਸੋਚ ਸਕਦਾ ਵਾਂ। ਹੋ ਗਈ, ਪਰ ਲੋਕ ਬੋਲਣ ਲੱਗੇ ਬਿਲਕੁਲ ਨਹੀਂ ਸੋਚਦੇ। ਹਾਂਜੀ, ਫਿਰ ਦੁੱਖ ਤਾਂ ਬਹੁਤ ਹੁੰਦਾ ਹੈ ਮਨ ਨੂੰ ਕਿ ਅਸੀਂ ਤੁਰਦੇ ਫਿਰਦੇ ਹੁੰਦੇ, ਕਮ ਸੇ ਕਮ ਲੋਕ ਇੱਦਾਂ ਦੇ ਕੁਐਸਚਨ ਤਾਂ ਨਾ ਕਰਦੇ। ਹਾਂਜੀ, ਕਿੰਨਾ ਪੜ੍ਹੇ ਹੋ ਤੁਸੀਂ? ਮੈਂ 10th ਕੀਤੀ। ਭੈਣਾਂ ਨਾਲ ਕਿਤੇ ਕਿਤੇ ਚਲ ਜਾਂਦੇ ਜਦੋਂ ਇਹਨਾਂ ਨੇ ਸਮਾਨ ਲੈਣ ਜਾਣਾ ਹੁੰਦਾ ਆ, ਤਾਂ ਫਿਰ ਇਹਨਾਂ ਇਕੱਲੇ ਹੁੰਦੇ ਆ ਤਾਂ ਇਹਨਾਂ ਦੇ ਕੋਲ ਫਿਰ ਚਲ ਜਾਂਦੇ। ਤੁਹਾਡਾ ਤਾਂ ਨਹੀਂ ਕਦੀ ਕਿਸੇ ਨੇ ਮਜ਼ਾਕ ਉਡਾ, ਜਿਸ ਤਰ੍ਹਾਂ ਤੁਹਾਡੀ ਸਿਸਟਰ ਦੱਸਦੀ ਵੀ ਜਦੋਂ ਅਸੀਂ ਦੁਕਾਨ ਲਾਉਂਦੇ ਹਾਂ ਕਈ ਲੋਕ ਆਉਂਦੇ ਨੇ ਮਜ਼ਾਕ ਉਡਾ ਕੇ ਚਲ ਜਾਂਦੇ ਨੇ? ਮਜ਼ਾਕ ਆਉਂਦੀ ਆ, ਕਈ ਲੋਕ ਇੱਦਾਂ ਹੁੰਦੇ ਆ, ਕਈ ਵਾਰ ਅਸੀਂ ਤੁਰੇ ਜਾਂਦੇ ਰੁੱਕ ਕੇ ਫੋਟੋ ਖਿੱਚਣ ਗਏ ਜਾਂ ਇੱਕਦਮ ਰੁੱਕ ਕੇ ਪੁੱਛਣਗੇ ਜੀ ਤੁਸੀਂ ਇੱਦਾਂ ਦੇ ਹੈਗੇ ਆ, ਤੁਹਾਡੀ ਹਾਈਟ ਇੰਨੀ ਛੋਟੀ ਹੈਗੀ ਆ ਵੀ ਭਾਈ ਦਿਖ ਹੀ ਰਿਹਾ ਤੁਹਾਨੂੰ ਇੰਨੀ ਛੋਟੀ ਆ, ਹੈ ਨਾ, ਵੀ ਪੁੱਛਣ ਦੀ ਤਾਂ ਜ਼ਰੂਰਤ ਹੀ ਨਹੀਂ ਹੈਗੀ। ਪਰ ਫਿਰ ਵੀ ਲੋਕ ਬਹੁਤ ਅਜੀਬ ਅਜੀਬ ਕੁਐਸਚਨ ਕਰਦੇ ਆ, ਬੜਾ ਮਜ਼ਾਕ ਉਡਾਉਂਦੇ ਆ, ਆਪਣੇ ਬੱਚਿਆਂ ਨੂੰ ਕਹੋਗੇ ਨਾਲ ਖੜ ਜਾ ਜਿਹੜਾ ਤੇਰੀ ਫੋਟੋ ਖਿੱਚਣਾ, ਇੱਦਾਂ ਕਰਦੇ ਆ। ਫਿਰ ਬੜਾ ਅਜੀਬ ਲੱਗਦਾ ਕਿ ਯਾਰ ਕਿਤੇ ਮੈਂ ਇੰਨੇ ਹੀ ਅਸੀਂ ਬੁਰੇ ਹੈਗੇ ਆ ਕਿ ਲੋਕ ਇੱਦਾਂ ਸੋਚਦੇ ਆ ਕਿ ਇਹਨਾਂ ਦੀ ਸੰਭਾਲ ਕੇ ਰੱਖਾਂਗੇ। ਇੱਕ ਹੁੰਦਾ ਬੰਦਾ ਫੇਮਸ ਹੁੰਦਾ, ਹੈ ਨਾ, ਫੈਨ ਹੁੰਦਾ, ਉਹਦੀ ਫੋਟੋ ਲੈਂਦੇ, ਉਹ ਇੱਕ ਅਲੱਗ ਹੁੰਦਾ। ਜੇ ਸਾਡੇ ਨਾਲ ਲੈਂਦੇ ਉਹ ਉਹਨਾਂ ਦੇ ਮਤਲਬ ਰਿਐਕਸ਼ਨ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਮਜ਼ਾਕ ਵਾਲੇ ਉਹ ਕਰਦੇ ਪਏ ਆ, ਵੀ ਉਸ ਹਿਸਾਬ ਨਾਲ ਸਾਡੀ ਫੋਟੋਜ਼ ਵਗੈਰਾ ਲੈਂਦੇ ਪਏ ਆ। ਫਿਰ ਫੀਲ ਤਾਂ ਹੁੰਦਾ ਹੀ ਆ ਕਹਿੰਦੇ ਕਿ ਮੇਰੇ ਮੰਮਾ ਕਹਿੰਦੇ ਆ ਕਿ ਇੱਦਾਂ ਨਾਲ ਜੁੜ ਕੇ ਬੈਠੋਗੇ, ਇੱਦਾਂ ਸਿੰਪਟਮਸ ਜਿਹੜੇ ਆ ਉਹਦੇ ਨਾਲ ਤੁਹਾਨੂੰ ਨਾ ਗਾਂਹ ਪ੍ਰੋਬਲਮ ਹੋ ਜੇ, ਤੁਸੀਂ ਅਨਮੈਰਿਡ ਆ, ਤੁਹਾਡੇ ਕੱਲੂ ਬੱਚੇ ਹੋਣੇ ਆ, ਜਾਂ ਉਹਨਾਂ ਦੀ ਜੂਠ ਨਾ ਖਾਇਓ, ਜੂਠ ਖਾਣਾ ਵੀ ਮੈਂ ਕਿਹਾ ਦੱਸੋ ਸਾਨੂੰ ਕਿਹੜਾ ਕੋਈ ਛੂਤ ਦੀ ਬਿਮਾਰੀ ਹੈਗੀ। ਸੋ ਮੈਂ ਇੱਦਾਂ ਹੀ ਮਤਲਬ ਕਰਕੇ ਵਿਚਕਾਰ ਹੀ ਕਾਲਜ ਹੀ ਛੱਡ ਦਿੱਤਾ ਸੀਗਾ। ਫਿਰ ਮਨ ਬੜਾ ਦੁਖੀ ਹੋਇਆ ਕਿ ਯਾਰ ਮੈਨੂੰ ਤਾਂ ਐਂ ਲੱਗਦਾ ਕਿ ਸਾਡੀ ਜ਼ਿੰਦਗੀ 'ਚ ਤਾਂ ਪੜ੍ਹਾਈ ਵੀ ਨਹੀਂ ਲਿਖੀ ਹੋਈ, ਵੀ ਜਦੋਂ ਬੱਚੇ ਇੱਦਾਂ ਕਰੂਗੇ ਫਿਰ ਇਕੱਲਾ ਬੱਚਾ ਕੀ ਕਰ ਲਏਗਾ, ਹੈ ਨਾ। ਬੜਾ ਦੁੱਖ ਲੱਗਾ ਸੀ, ਅਤੇ ਫਿਰ ਮੈਂ ਵਿੱਚ ਹੀ ਆਪਣੀ ਪੜ੍ਹਾਈ ਵੀ ਛੱਡਤੀ ਵੀ ਜਿਹੜੇ ਨਾਲ ਰਹਿੰਦੇ ਰੋਜ਼ ਬੱਚੇ ਉਹ ਵੀ ਇੱਦਾਂ ਕਰੂਗੇ, ਅਤੇ ਫਿਰ ਬਸ। ਔਰ ਮੈਡਮ ਜਿਸ ਤਰ੍ਹਾਂ ਤੁਸੀਂ ਕੋਸਮੈਟਿਕ ਦੀ ਦੁਕਾਨ ਲਾਉਂਦੇ ਹੋ, ਰੋਡ ਦੇ ਉੱਪਰ ਲਾਉਂਦੇ ਹੋ, ਗੁਜ਼ਾਰਾ ਹੋ ਜਾਂਦਾ ਹੈ ਘਰ ਦਾ? ਸਰ ਘਰ ਦਾ ਗੁਜ਼ਾਰਾ ਤਾਂ ਨਿੱਕੀ ਮੋਟੀਆਂ ਚੀਜ਼ਾਂ ਵਿੱਚੋਂ ਲੈ ਆਈਦੀਆਂ, ਪਰ ਜਿੱਦਾਂ ਜ਼ਿਆਦਾ ਨਹੀਂ ਕਿਉਂਕਿ ਅਸੀਂ ਹਜੇ ਸਾਡਾ ਇੰਨਾ ਸੇਲ ਨਹੀਂ ਹੁੰਦਾ, ਹੈ ਨਾ। ਦਿਨ ਤਿਉਹਾਰ 'ਤੇ ਜਿਹੜਾ ਹੋਇਆ ਦੀਵਾਲੀ ਵਗੈਰਾ 'ਤੇ ਅਸੀਂ ਉਹ ਜਿੱਦਾਂ ਬਸ ਸਮਾਨ ਹੀ ਪਾ ਰਹੇ ਹਾਂ, ਸਾਡੀ ਜਿੱਦਾਂ ਡੇਲੀ ਦੀ ਹੋਵੇ 1000 ਰੁਪਈਆ ਸੇਲ, ਹੈ ਨਾ, ਫਿਰ ਥੋੜ੍ਹਾ ਸਹੀ ਰਹਿੰਦਾ ਬੰਦਾ, ਵਿੱਚੋਂ ਅੱਧੇ ਪੈਸਿਆਂ ਦਾ ਸਮਾਨ ਪਾਉਂਦਾ, ਅੱਧੇ ਦਾ ਘਰ ਦਾ ਗੁਜ਼ਾਰਾ ਕਰਦਾ। ਪਰ ਸਾਡੀ ਕਦੀ 200 ਦੀ ਸੇਲ, ਕਦੀ 300 ਦੀ ਪੂਰੀ ਦਿਹਾੜੀ ਵਿੱਚ, ਹੈ ਨਾ। ਮੇਕਅਪ ਦਾ ਸ਼ੌਂਕ ਆ, ਮੇਕਅਪ ਆਪਾਂ ਇੱਦਾਂ ਕਰ ਲਈਦਾ, ਮੇਕਅਪ ਵਗੈਰਾ ਦੇਖ ਕੇ ਚਲੋ ਕਈ ਬੋਲਦੇ ਬਹੁਤ ਕਿ ਤੂੰ ਇੰਨਾ ਮੇਕਅਪ ਕੀਤਾ, ਤੇਰੀ ਕੀ ਡੋਲੀ ਉੱਠਣੀ ਆ, ਤੇਰਾ ਕੀ ਇੱਥੇ ਮਕਲਾਵਾ ਆਉਣਾ ਆ, ਇੱਦਾਂ ਬਹੁਤ ਕਰਦੇ। ਬਟ ਆਪਾਂ ਹੁਣ ਟੈਨਸ਼ਨ ਨਹੀਂ ਲਈਦੀ ਕਿ ਜਿਹਨੇ ਬੋਲਣਾ ਬੋਲੀ ਆ, ਲੋਕਾਂ ਦੇ ਕਿਹੜਾ ਇੱਥੇ ਮੂੰਹ ਫੜ ਲੈਣੇ ਆ। ਕਹਿੰਦੇ ਦਿੰਦੇ ਦਾਤੀ ਨੂੰ ਇੱਕ ਪਾਸੇ ਦਿੰਦੇ ਤਾਂ ਲੋਕਾਂ ਦੇ ਦੋਨੋਂ ਪਾਸੇ ਦਿੰਦੇ ਹਨ, ਇਸ ਲਈ ਆਪਾਂ ਜਿਹੜਾ ਬੋਲਦਾ ਬੋਲੀ ਜਾਵੇ, ਆਪਾਂ ਹੁਣ ਟੈਨਸ਼ਨ ਲੈਣੀ ਛੱਡ ਦਿੱਤੀ। ਮੇਕਅਪ ਕਰਕੇ ਆਪਾਂ ਸ਼ੌਂਕ ਪੂਰਾ ਕਰ ਲਈਦਾ, ਵਿਆਹ ਦਾ ਤਾਂ ਸ਼ੌਂਕ ਨਹੀਂ ਹੈਗਾ। ਜੋ ਸ਼ੌਂਕ ਇਹਦੇ ਉਹ ਬਸ ਘੁੰਮਣ ਫਿਰਨ ਦਾ, ਜ਼ਿਆਦਾ ਘੁੰਮਣ ਫਿਰਨ
ਚਾਹ ਨਹੀਂ ਹੁੰਦਾ ਇੰਨਾ ਜਿਹੜਾ ਕਿਤੇ ਜਾਂਦੇ ਵਪਾਰੀ ਪੈਣ ਕਿਤੇ ਜਾਂਦੇ ਆਪਣਾ ਨੰਬਰ ਸ਼ੇਅਰ ਕਰ ਦਿਓ ਕਿਉਂਕਿ ਜੇ ਕੋਈ ਤੁਹਾਡੇ ਹੈਲਪ ਕਰਨਾ ਚਾਹ ਸਕੇ ਤਾਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੇ ਤੁਹਾਡੇ ਨਾਲ ਕੰਟੈਕਟ ਕਰ ਸਕਣ ਲੋਕ ਹਾਂਜੀ ਸਰ ਮੇਰਾ ਕੰਟੈਕਟ ਨੰਬਰ ਹਾਂਜੀ ਮੈਂ ਸ਼ੇਅਰ ਤਾਂ ਕਰ ਦਿੰਦੀ ਹਾਂ ਬਟ ਮੈਨੂੰ ਐਂ ਆ ਕਿ ਕੁਛ ਲੋਕ ਐਵੇਂ ਮਜ਼ਾਕ ਤੌਰ 'ਤੇ ਫੋਨ ਕਰਦੇ ਆ ਬਿਨਾਂ ਗੱਲ ਦੇ ਬਸ ਉਹ ਇੱਦਾਂ ਦਾ ਕੁਛ ਨਹੀਂ ਮਤਲਬ ਜਿਹਨੇ ਹੈਲਪ ਕਰਨੀ ਮੇਰੇ ਨੰਬਰ 'ਤੇ ਕਾਲ ਕਰ ਸਕਦਾ 8725070910 8725070910 ਅੱਜ ਤੁਹਾਡੀ ਮੁਲਾਕਾਤ ਅਜਿਹੀਆਂ ਤਿੰਨ ਭੈਣਾਂ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਹਾਈਟ 2 ਤੋਂ 2.5 ਫੁੱਟ ਹੈ ਗੱਲਬਾਤ ਵੀ ਕਰਾਂਗੇ ਅਤੇ ਇਹਨਾਂ ਦੀ ਜ਼ਿੰਦਗੀ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੇ ਤਾਂ ਸਵਾਗਤ ਹੈ ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਜੀ ਥੈਂਕ ਯੂ ਸਰ ਤੁਹਾਡਾ ਵੀ ਸਵਾਗਤ ਹੈ ਜੀ ਥੈਂਕ ਯੂ ਭਾਅ ਜੀ ਜ਼ਿੰਦਗੀ ਕਿਹੋ ਜਿਹੀ ਚੱਲ ਰਹੀ ਹੈ ਤੁਹਾਡੀ ਜ਼ਿੰਦਗੀ ਬਸ ਵਧੀਆ ਚੱਲਦੀ ਪਈ ਆ ਸਰ ਜਿੱਦਾਂ ਵੀ ਹੈਗੀ ਆ ਠੀਕ ਆ ਹਾਂਜੀ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਫੈਮਿਲੀ ਵਿੱਚ ਅਸੀਂ ਮੇਰੀ 3 ਸਿਸਟਰ ਆ ਔਰ ਮੰਮੀ ਆ ਅਤੇ ਮੇਰਾ ਬੇਟਾ ਹੈਗਾ ਜੀ ਹਾਂਜੀ ਅਤੇ ਮੈਂ ਕੰਮ ਕਰ ਕੀ ਕਰਦੇ ਹੋ ਤੁਸੀਂ ਕੰਮ ਕਰ ਅਸੀਂ ਜਿੱਦਾਂ ਪਹਿਲਾਂ ਤਾਂ ਅਸੀਂ ਪਾਰਲਰ ਦਾ ਕਰਦੇ ਹੁੰਦੇ ਸੀ ਕੰਮ ਹੁਣ ਤਾਂ ਅਸੀਂ ਮਤਲਬ ਜਿੱਦਾਂ ਕੰਮ ਥੋੜ੍ਹਾ ਘੱਟ ਹੀ ਹੈਗਾ ਅਤੇ ਅਸੀਂ ਜਿੱਦਾਂ ਆਪਣਾ ਕੋਸਮੈਟਿਕ ਦਾ ਲਗਾਇਆ ਹੋਇਆ ਫੁੱਟਪਾਥ 'ਤੇ ਹੀ ਲਗਾਉਂਦੇ ਹਾਂ ਰਾਮਾ ਮੰਡੀ ਔਰ ਫਿਰ ਉੱਥੇ ਜਿੱਦਾਂ ਬੈਠੇ ਰਹੀਦਾ ਸਾਰਾ ਦਿਨ ਅਤੇ ਸਮਾਨ ਸੇਲ ਕਰਦੇ ਹਾਂ ਹਾਂਜੀ ਫਿਰ ਆਉਣ ਜਾਣ ਦੇ ਵਿੱਚ ਤੁਹਾਨੂੰ ਔਖ ਵੀ ਹੁੰਦੀ ਕਿਉਂਕਿ ਤੁਸੀਂ ਤੁਹਾਡੀਆਂ ਭੈਣਾਂ ਦੇ ਕੋਲੋਂ ਤੋਰ ਫੇਰ ਵੀ ਨਹੀਂ ਹੁੰਦਾ ਵਾ ਚੰਗੀ ਤਰ੍ਹਾਂ ਫਿਰ ਔਖ ਤਾਂ ਹੁੰਦੀ ਹੋਊਗੀ ਸਮਾਨ ਲਿਜਾਣ ਲੱਗੇ ਲਾਉਣ ਲੱਗੇ ਲਿਆਉਣ ਲੱਗੇ ਹਾਂਜੀ ਥੋੜ੍ਹੀ ਬਹੁਤੀ ਪ੍ਰੋਬਲਮ ਤਾਂ ਹੁੰਦੀ ਆ ਜਿੱਦਾਂ ਸਾਡੇ ਕੋਲ ਅਸੀਂ ਚੱਕ ਕੇ ਤਾਂ ਨਹੀਂ ਲਿਜਾ ਸਕਦੇ ਪਰ ਸਾਡੇ ਕੋਲ ਟਰਾਈਸਾਈਕਲ ਹੈਗੀ ਬੈਟਰੀ ਵਾਲੀ ਜਿੱਦਾਂ ਉਹਦੇ ਉੱਤੇ ਅਸੀਂ ਲੈ ਜਾਈਦਾ ਸਮਾਨ ਸਾਰਾ ਜਿੱਦਾਂ ਰੱਖ ਕੇ ਉਹਦੇ 'ਤੇ ਡਿੱਗੀ ਲੱਗੀ ਹੋਈ ਡਿੱਗੀਆਂ ਦੇ ਵਿੱਚ ਰੱਖ ਕੇ ਕੁਛ ਅਸੀਂ ਥੈਲੇ 'ਚ ਪਾ ਕੇ ਔਰ ਫਿਰ ਕੁਛ ਸਮਾਨ ਜੋ ਰਹਿ ਜਾਵੇ ਫਿਰ ਮੰਮੀ ਸਾਡੇ ਨਾਲ ਐਕਟਿਵਾ 'ਤੇ ਛੱਡ ਕੇ ਆਉਂਦੇ ਆ ਹਾਂਜੀ ਇੱਦਾਂ ਫਿਰ ਅਸੀਂ ਰਲ ਮਿਲ ਕੇ ਲੈ ਜਾਈਦਾ ਆ ਹਾਂਜੀ ਲੋਕ ਕੀ ਕਹਿੰਦੇ ਨੇ ਤੁਹਾਨੂੰ ਦੇਖ ਕੇ ਜਦੋਂ ਤੁਸੀਂ ਰੋਡ 'ਤੇ ਕੋਸਮੈਟਿਕ ਦੀ ਦੁਕਾਨ ਲਾਈ ਹੋਈ ਆ ਲੋਕ ਕੀ ਕਹਿੰਦੇ ਨੇ ਤੁਹਾਨੂੰ ਲੋਕ ਤਾਂ ਕੁਛ ਨਹੀਂ ਬਸ ਕੁਛ ਲੋਕ ਤਾਂ ਜਿੱਦਾਂ ਪੜ੍ਹੇ ਲਿਖੇ ਕਹਿੰਦੇ ਕਿ ਸਮਾਨ ਸਪੈਸ਼ਲ ਲੈਣ ਸਾਡੇ ਕੋਲ ਆਉਂਦੇ ਆ ਵੀ ਸਾਨੂੰ ਬਹੁਤ ਚੰਗਾ ਲੱਗਾ ਤੁਸੀਂ ਇੱਦਾਂ ਲਗਾਏ ਹੈ ਨਾ ਵੀ ਮਿਹਨਤ ਕਰਦੇ ਹਾਂ ਦੇਖ ਕੇ ਬਹੁਤ ਦਿਲ ਨੂੰ ਸਕੂਨ ਮਿਲਿਆ ਵੀ ਕਿਸੇ ਨੂੰ ਮਿਹਨਤ ਕਰਦੇ ਦੇਖ ਕੇ ਵੀ ਤੁਸੀਂ ਇੱਦਾਂ ਹੈਗੇ ਫਿਰ ਵੀ ਨਹੀਂ ਤਾਂ ਚੰਗੇ ਭਲੇ ਲੋਕ ਆ ਉਹ ਮੰਗਣ ਲੱਗੇ ਹੋਏ ਆ ਹੈ ਨਾ ਵੀ ਤੁਸੀਂ ਮਿਹਨਤ ਕਰਦੇ ਆ ਚਲੋ ਮੰਗਦੇ ਨਹੀਂ ਆ ਇਹ ਬਹੁਤ ਵਧੀਆ ਆ ਅਤੇ ਕੁਛ ਲੋਕ ਆਉਂਦੇ ਆ ਜਿਹੜੇ ਥੋੜ੍ਹੇ ਜਿਹੇ ਘੱਟ ਪੜ੍ਹੇ ਲਿਖੇ ਹੁੰਦੇ ਐਵੇਂ ਆਉਂਦੇ ਫਟਾਫਟ ਚਲੋ ਉਹਨਾਂ ਦੀ ਫੋਟੋ ਖਿੱਚ ਕੇ ਆਉਂਦੇ ਹਾਂ ਜਾਂ ਇੱਦਾਂ ਅਜੀਬ ਜਿਹੇ ਸਵਾਲ ਕਰਦੇ ਆ ਕਿ ਤੁਸੀਂ ਮਤਲਬ ਇੱਦਾਂ ਇੱਥੇ ਤੁਸੀਂ ਇਹ ਤੁਹਾਡੀ ਬੇਟੀ ਹੈਗੀ ਆ ਜਾਂ ਤੁਸੀਂ ਫੈਮਿਲੀ 'ਚ ਹੋਰ ਕੌਣ ਇੱਦਾਂ ਮੈਂ ਕਹਾਂਗੀ ਨਹੀਂ ਮੇਰੀ ਭੈਣ ਹੈਗੀ ਆ ਸਾਰੀ ਫੈਮਿਲੀ ਤੁਸੀਂ ਇੱਦਾਂ ਦੇ ਹੈਗੇ ਆ ਮੈਂ ਕਹਿੰਦੀ ਹਾਂ ਸਾਰੀ ਫੈਮਿਲੀ ਤਾਂ ਨਹੀਂ ਮਤਲਬ ਅਸੀਂ 3 ਸਿਸਟਰ ਇੱਦਾਂ ਆ ਬਾਕੀ ਮੇਰੀ ਮੰਮੀ ਮੇਰੀ ਸਿਸਟਰ ਮੇਰੇ ਮਤਲਬ ਬਾਕੀ ਸਾਰੇ ਤਾਂ ਫੈਮਿਲੀ 'ਚ ਸਹੀ ਹੈਗੇ ਆ ਵੀ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਫਿਰ ਮੈਨੂੰ ਪੁੱਛਣਗੇ ਤੁਸੀਂ ਮੈਰਿਡ ਹੋ ਹਾਂਜੀ ਮੈਂ ਮੈਰਿਡ ਹਾਂ ਫਿਰ ਬੋਲਣਗੇ ਵੀ ਤੁਹਾਡਾ ਹਸਬੈਂਡ ਵੀ ਇੰਨਾ ਹੀ ਛੋਟਾ ਹੈਗਾ ਆ ਤੁਹਾਡਾ ਬੱਚਾ ਵੀ ਇੱਦਾਂ ਦਾ ਹੀ ਹੈਗਾ ਆ ਬੱਚਾ ਤਾਂ ਹਜੇ ਮੇਰਾ 2 ਸਾਲ ਦਾ ਹੈ ਨਾ ਤਾਂ ਵੈਸੇ ਤਾਂ ਨੋਰਮਲ ਆ ਇਹ ਬਾਕੀ ਰੱਬ ਨੂੰ ਪਤਾ ਅੱਗੇ ਜਾ ਕੇ ਹੈ ਨਾ ਲੋਕ ਪਹਿਲੇ ਇੱਦਾਂ ਦੇ ਸਵਾਲ ਕਰਦੇ ਫਿਰ ਮਨ ਬੜਾ ਦੁਖੀ ਹੁੰਦਾ ਵੀ ਦੱਸੋ ਤੁਸੀਂ ਤਾਂ ਇੱਦਾਂ ਕਰਦੇ ਸਾਰੀ ਇਨਫੋਰਮੇਸ਼ਨ ਇਕੱਠੀ ਕਰਦੇ ਐਂ ਤਾਂ ਲੱਗਦਾ ਵੀ ਪਤਾ ਨਹੀਂ ਸਾਰਾ ਸਾਡਾ ਠੇਕਾ ਇਹਨਾਂ ਨੇ ਚੁੱਕਣਾ ਹੈਗਾ ਅੱਗੇ ਜਾ ਕੇ ਫਿਰ ਦੁੱਖ ਬੜਾ ਲੱਗਦਾ ਕਈ ਵਾਰ ਫਿਰ ਸੋਚੀਦਾ ਚਲੋ ਰੱਬ ਨੇ ਇਹਨਾਂ ਨੂੰ ਵੀ ਉਹਨਾਂ 'ਚ ਰੱਖਿਆ ਆ ਕਿ ਜਿਹੜੇ ਸਵਾਲ ਇੱਦਾਂ ਦੇ ਕਰਦੇ ਆ ਅਸੀਂ ਨਹੀਂ ਪਰ ਕਦੇ ਸਾਡੇ ਤੋਂ ਵੀ ਰਹੇ ਗੁਜ਼ਰੇ ਲੋਕ ਆ ਅਸੀਂ ਕਦੇ ਉਹਨਾਂ ਨੂੰ ਇੱਦਾਂ ਦੇਖਦੇ ਵੀ ਨਹੀਂ ਆ ਅਸੀਂ ਕਹੀਦਾ ਕੀ ਪਤਾ ਉਹ ਰੱਬ ਨੇ ਕਿਉਂ ਇੱਦਾਂ ਕੀਤਾ ਹੈ ਨਾ ਕਦੇ ਮਜ਼ਾਕ ਨਹੀਂ ਉਡਾਇਆ ਕਿਸੇ ਦਾ ਵੀ ਨਾ ਕਿਸੇ ਦਾ ਸਰੀਰਕ ਅਤੇ ਨਾ ਫਾਈਨੈਂਸ਼ਲੀ ਕਦੇ ਵੀ ਅਸੀਂ ਕਿਸੇ ਦਾ ਮਜ਼ਾਕ ਨਹੀਂ ਉਡਾਉਂਦੇ ਆਪਣੇ ਬੱਚੇ ਨੂੰ ਵੀ ਇਹੀ ਕਹੀਦਾ ਕਿ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਤੁਹਾਡਾ ਕਿਸੇ ਨੇ ਕਦੀ ਮਨ ਦੁਖਾਇਆ ਬਹੁਤ ਮਨ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਇੱਦਾਂ ਦੇ ਲੋਕ ਮਿਲੇ ਆ ਕਈ ਤਾਂ ਮਤਲਬ ਮੇਰੇ ਜਿੱਦਾਂ ਆਪਣੇ ਰਿਸ਼ਤੇਦਾਰ ਤਾਂ ਨਹੀਂ ਜਿੱਦਾਂ ਹੁਣ ਮੇਰੇ ਸਹੁਰਿਆਂ 'ਚ ਹੀ ਲਾ ਲਓ ਜਿੱਦਾਂ ਮੂੰਹ 'ਤੇ ਤਾਂ ਨਹੀਂ ਕਹਿੰਦੇ ਪਰ ਪਿੱਠ ਪਿੱਛੇ ਬਥੇਰਾ ਕੁਛ ਮੇਰੇ ਬਾਰੇ ਬੋਲਦੇ ਆ ਪਰ ਮੈਨੂੰ ਜਦੋਂ ਪਤਾ ਲੱਗਦਾ ਦੁੱਖ ਤਾਂ ਲੱਗਦਾ ਆ ਪਰ ਫਿਰ ਕਹੀਦਾ ਕਿ ਚਲੋ ਕੋਈ ਗੱਲ ਨਹੀਂ ਜਿਹੜੇ ਕਹਿੰਦੇ ਆ ਉਹਨਾਂ ਦੀ ਆਪਣੀ ਸੋਚ ਹੈਗੀ ਆ ਆਪਾਂ ਕਿਸੇ ਦੀ ਸੋਚ ਨਹੀਂ ਬਦਲ ਸਕਦੇ ਜਿੰਨੀ ਕੁ ਕਿਸੇ ਦੀ ਸੋਚ ਆ ਉਹ ਆਪਣੀ ਦਿਖਾਈ ਦਿੰਦਾ ਵੀ ਭਾਈ ਮੈਂ ਇੱਥੋਂ ਤੱਕ ਹੀ ਸੋਚ ਸਕਦਾ ਵਾਂ
मैडम जदों लोग आके कहिंदे ने कि ये तुहाडी कुड़ी लगदी है तुसीं उहदे सिस्टर हो फिर तुहाडे मन नहीं दुखी हुंदा उस टाइम? हाँ जी हुंदा बहुत दुखी हुंदा कि देखण च पता लगदा आ उहदी इस तां मेरी इस वी पता लगदा उह अगर मैं उहदी बेटी होऊंगी तां उहदे बाल वगैरह तां वाइट होऊगे सफेद होऊगे ना वी मैं इदां आ अगर मैं उहदी बेटी हाँ तां उह इदां होऊगी पर लोक बोलण लगे बिलकुल नहीं सोचदे जी। हाँ जी फिर दुख तो बहुत होंगे मन को कि असि तुरते फिरते होंगे कम से कम लोग इदा के क्वेश्चन तो ना करते। हाँ जी कितना पढ़े हो तुसी? मैं 10th की। स्कूल दे विच तो नहीं कभी किसी ने मजाक उड़ाया? नहीं स्कूल च नहीं कभी। हाँ जी ना कभी बच्चों ने ना कभी कभी टीचर्स ने कभी मजाक नहीं उड़ाया जी। मैडम तुसी की काम करते हो? मैं बुटीक ते जाने ते पन्ने करती हूं तो और नहीं करती। ਹੋਰ ਕੁਛ ਨਹੀਂ ਕਰਦੇ ਤੁਸੀਂ? ਹਾਂਜੀ ਹੋਰ ਕੁਛ ਨਹੀਂ ਕਰਦੇ? ਮੈਂ ਕਿਹਾ ਤੁਸੀਂ ਨਹੀਂ ਮੈਂ ਹੋਰ ਕੁਛ ਨਹੀਂ ਕਰਦੀ ਸਿਰ ਬੁਟੀਕ ਤੇ ਜਾਂਦੀ। ਭੈਣਾਂ ਦੇ ਨਾਲ ਨਹੀਂ ਕਦੀ ਜਾਂਦੇ? ਭੈਣਾਂ ਨਾਲ ਕਿਤੇ ਕਿਤੇ ਚਲ ਜਾਂਦੇ ਜਦੋਂ ਇਹਨਾਂ ਨੇ ਸਮਾਨ ਲੈਣ ਜਾਣਾ ਹੁੰਦਾ ਆ ਤਾਂ ਫਿਰ ਇਹਨਾਂ ਇਕੱਲੇ ਹੁੰਦੇ ਆ ਤਾਂ ਇਹਨਾਂ ਦੇ ਕੋਲ ਫਿਰ ਚਲ ਜਾਂਦੀ ਹੁੰਦੀ। ਤੁਹਾਡਾ ਤਾਂ ਨਹੀਂ ਕਦੀ ਕਿਸੇ ਨੇ ਮਜ਼ਾਕ ਉਡਾਇਆ ਜਿਸ ਤਰ੍ਹਾਂ ਤੁਹਾਡੀ ਸਿਸਟਰ ਦੱਸਦੀ ਵੀ ਜਦੋਂ ਅਸੀਂ ਦੁਕਾਨ ਲਾਉਂਦੇ ਹਾਂ ਕਈ ਲੋਕ ਆਉਂਦੇ ਨੇ ਮਜ਼ਾਕ ਉਡਾ ਕੇ ਚਲ ਜਾਂਦੇ ਨੇ? ਮਜ਼ਾਕ ਤਾਂ ਉਡਾਉਂਦੇ ਆ ਸਰ, ਸਾਰੇ ਜਾਣੇ ਮਡਾਉਂਦੇ ਆ ਤਾਂ ਪਰ ਕੀ ਕਰ ਸਕਦੇ ਹਾਂ ਲੋਕਾਂ ਦਾ ਹੁਣ ਮੂੰਹ ਥੋੜ੍ਹੀ ਬੰਦ ਕਰ ਸਕਦੇ ਹਾਂ ਤਾਂ ਜੀ ਲੋਕਾਂ ਨੂੰ ਆਪਣੇ ਆਪ ਸ਼ਰਮ ਚਾਹੀਦੀ ਹੈ ਨਾ ਕਿਉਂ ਇੱਦਾਂ ਕਰਦੇ ਉਹਨਾਂ ਦੇ ਵੀ ਬੱਚੇ ਹੁੰਦੇ ਆ ਤਾਂ ਉਹਨਾਂ ਦੇ ਜਿਹਨਾਂ ਨਾਲ ਬੱਚੇ ਚੱਲਦੇ ਫਿਰਦੇ ਆ ਉਹ ਇੱਦਾਂ ਕਰਦੇ ਆ ਜਿਹੜੇ ਵੱਡੇ ਵੱਡੇ ਹੈਗੇ ਆ ਜੀ। ਮੈਡਮ ਤੁਹਾਨੂੰ ਕਦੋਂ ਪਤਾ ਲੱਗਾ ਸੀ ਤੁਸੀਂ ਤੁਰ ਫਿਰ ਨਹੀਂ ਸਕਦੇ? ਪਤਾ ਤਾਂ ਜਦੋਂ ਸੱਟ ਆ ਗਈ ਉਦੋਂ ਤਾਂ ਪਤਾ ਚੱਲਿਆ ਜਦੋਂ ਸੱਟਾਂ ਲੱਗਦੀਆਂ ਰਹੀਆਂ ਤਾਂ ਚੱਲਿਆ ਫਿਰ ਇਹਨੂੰ ਜਾਣਾ ਮਾੜਾ ਜਿਹਾ ਚੱਲਣਾ ਨਾਲ ਹੀ ਸੱਟ ਲੱਗ ਜਾਣੀ ਤਾਂ ਫਿਰ ਉਸ ਤੋਂ ਬਾਅਦ ਪਤਾ ਚੱਲਿਆ ਕਿ ਅਸੀਂ ਚੱਲ ਨਹੀਂ ਸਕਦੇ। ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈ ਤੁਹਾਨੂੰ? ਨਹੀਂ ਗਿਲਾ ਸ਼ਿਕਵਾ ਤਾਂ ਕੋਈ ਨਹੀਂ ਹੈ। ਪਹਿਲਾਂ ਸੀਗਾ ਜਿੱਦਾਂ ਬਾਹਰ ਨਹੀਂ ਜਾਇਆ ਜਾਂਦਾ ਸੀਗਾ ਕੋਈ ਲਈ ਜਾਵੇ ਤਾਂ ਜਾ ਹੋਣਾ ਅਤੇ ਹੁਣ ਸਾਨੂੰ ਟਰਾਈਸਾਈਕਲ ਮਿਲੇ ਆ ਟਰਾਈਸਾਈਕਲ 'ਤੇ ਅਸੀਂ ਚੱਲ ਜਾਂਦੇ ਹਾਂ ਰਾਮ ਮੰਡੀ ਵੀ ਚੱਲ ਜਾਂਦੇ ਇਹਨਾਂ ਦੇ ਕੋਲ ਵੀ ਆਪੇ ਚੱਲ ਜਾਂਦੇ ਹਾਂ ਤਾਂ ਹੁਣ ਨਹੀਂ ਹੈਗਾ ਬੁਟੀਕ 'ਤੇ ਵੀ ਮੈਂ ਆਪੇ ਚੱਲ ਜਾਂਦੀ ਹੁੰਦੀ ਹਾਂ। ਹਾਂਜੀ ਇੱਥੋਂ ਮੰਮਾ ਬਿਠਾ ਦਿੰਦੇ ਆ ਅਤੇ ਉੱਥੋਂ ਅੱਗੇ ਮੈਡਮ ਤਾਰ ਦਿੰਦੇ ਆ ਤਾਂ ਹੋਰ ਕੋਈ ਤਕਲੀਫ ਨਹੀਂ ਹੈਗੀ। ਮੈਡਮ ਜਦੋਂ ਤੁਸੀਂ ਕਿਤੇ ਜਾਂਦੇ ਹੋ ਬਾਹਰ ਅੰਦਰ ਕਿਤੇ ਜਾਂਦੇ ਹੋ ਲੋਕ ਤੁਹਾਡਾ ਮਜ਼ਾਕ ਤਾਂ ਨਹੀਂ ਉਡਾਉਂਦੇ ਦੇਖ ਕੇ ਦੇਖ ਕੇ? ਲੋਕ ਤਾਂ ਸਰ ਉਡਾਉਂਦੇ ਆ ਕਈ ਲੋਕ ਇੱਦਾਂ ਹੁੰਦੇ ਆ ਕਈ ਵਾਰ ਅਸੀਂ ਤੁਰੇ ਜਾਂਦੇ ਰੁੱਕ ਕੇ ਫੋਟੋ ਖਿੱਚਣਗੇ ਜਾਂ ਇੱਕਦਮ ਰੁੱਕ ਕੇ ਪੁੱਛਣਗੇ ਜੀ ਤੁਸੀਂ ਇੱਦਾਂ ਦੇ ਹੈਗੇ ਆ ਤੁਹਾਡੀ ਹਾਈਟ ਇੰਨੀ ਛੋਟੀ ਹੈਗੀ ਆ ਵੀ ਭਾਈ ਦਿਖ ਹੀ ਰਿਹਾ ਤੁਹਾਨੂੰ ਇੰਨੀ ਛੋਟੀ ਆ ਹੈ ਨਾ ਵੀ ਪੁੱਛਣ ਦੀ ਤਾਂ ਜ਼ਰੂਰਤ ਹੀ ਨਹੀਂ ਹੈਗੀ ਪਰ ਫਿਰ ਵੀ ਲੋਕ ਬਹੁਤ ਅਜੀਬ ਅਜੀਬ ਕੁਸ਼ਚਨ ਕਰਦੇ ਆ ਬੜਾ ਮਜ਼ਾਕ ਉਡਾਉਂਦੇ ਆ ਆਪਣੇ ਬੱਚਿਆਂ ਨੂੰ ਕਹੋਗੇ ਨਾਲ ਖੜ੍ਹ ਜਾ ਜਿਹੜਾ ਤੇਰੀ ਫੋਟੋ ਖਿੱਚਣਾ ਇੱਦਾਂ ਕਰਦੇ ਆ ਫਿਰ ਬੜਾ ਅਜੀਬ ਲੱਗਦਾ ਕਿ ਯਾਰ ਕਿਤੇ ਮੈਂ ਇੰਨੇ ਹੀ ਅਸੀਂ ਬੁਰੇ ਹੈਗੇ ਆ ਕਿ ਲੋਕ ਇੱਦਾਂ ਸੋਚਦੇ ਆ ਕਿ ਇਹਨਾਂ ਦੀ ਸੰਭਾਲ ਕੇ ਰੱਖਾਂਗੇ। ਇੱਕ ਹੁੰਦਾ ਬੰਦਾ ਫੇਮਸ ਹੁੰਦਾ ਹੈ ਨਾ ਫੈਨ ਹੁੰਦਾ ਉਹਦੀ ਫੋਟੋ ਲੈਂਦੇ ਉਹ ਇੱਕ ਅਲੱਗ ਹੁੰਦਾ ਜੇ ਸਾਡੇ ਨਾਲ ਲੈਂਦੇ ਉਹ ਉਹਨਾਂ ਦੇ ਮਤਲਬ ਰਿਐਕਸ਼ਨ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਮਜ਼ਾਕ ਵਾਲੇ ਉਹ ਕਰਦੇ ਪਏ ਆ ਵੀ ਉਸ ਹਿਸਾਬ ਨਾਲ ਸਾਡੀ ਫੋਟੋਜ਼ ਵਗੈਰਾ ਲੈਂਦੇ ਪਏ ਆ ਫਿਰ ਫੀਲ ਤਾਂ ਹੁੰਦਾ ਹੀ ਆ। ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਮੈਂ 10th ਕੀਤੀ ਹੋਈ ਆ ਮੈਂ ਪਲੱਸ 1 'ਚ ਕੋਲਜ ਲੱਗੀ ਸੀਗੀ ਅਤੇ ਕੋਲਜ ਵਿੱਚ ਜਿੱਦਾਂ ਮੈਨੂੰ ਮੇਰੀ ਫਰੈਂਡਸ ਕਈ ਮੈਨੂੰ ਮੂੰਹ 'ਤੇ ਕਹਿੰਦੀਆਂ ਸੀ ਕਿ ਯਾਰ ਸਾਡੇ ਮੰਮਾ ਨੇ ਮਨਾ ਕੀਤਾ ਇਹਦੇ ਨਾਲ ਨਾ ਬੈਠਿਆ ਕਰੋ ਜੁੜ ਕੇ ਕਈਆਂ ਸਮ ਮਤਲਬ ਇੱਦਾਂ ਦੇ ਕੀਟਾਣੂ ਹੁੰਦੇ ਜਿਹਦੇ ਨਾਲ ਤੁਹਾਨੂੰ ਵੀ ਇਹ ਬਿਮਾਰੀ ਗਾਹ ਲੱਗ ਜੂਗੀ। ਇਸ ਤਰ੍ਹਾਂ ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਮੰਮਾ ਨੇ ਮਨਾ ਕੀਤਾ ਤੁਹਾਡੀ ਦੋਸਤ ਦੀ ਮੰਮਾ ਨੇ ਕਾਰਨ ਨਹੀਂ ਦੱਸਿਆ ਉਹਨੇ ਕਿਉਂ ਮਨਾ ਕੀਤਾ ਸੀ? ਹਾਂਜੀ ਉਹ ਇਹੀ ਕਹਿੰਦੇ ਕਿ ਮੇਰੇ ਮੰਮਾ ਕਹਿੰਦੇ ਆ ਕਿ ਇੱਦਾਂ ਨਾਲ ਜੁੜ ਕੇ ਬੈਠੋਗੇ ਇੱਦਾਂ ਸਿਮਟਮਸ ਜਿਹੜੇ ਆ ਉਹਦੇ ਨਾਲ ਤੁਹਾਨੂੰ ਨਾ ਗਾਂਹ ਪ੍ਰੋਬਲਮ ਹੋ ਜੇ ਤੁਸੀਂ ਅਨਮੈਰਿਡ ਆ ਤੁਹਾਡੇ ਕੱਲ੍ਹ ਬੱਚੇ ਹੋਣੇ ਆ ਜਾਂ ਉਹਨਾਂ ਦੀ ਜੂਠ ਨਾ ਖਾਇਓ ਜੂਠ ਖਾਣਾ ਵੀ ਮੈਂ ਕਿਹਾ ਦੱਸੋ ਸਾਨੂੰ ਕਿਹੜਾ ਕੋਈ ਛੂਤ ਦੀ ਬਿਮਾਰੀ ਹੈਗੀ ਸੋ ਮੈਂ ਇੱਦਾਂ ਹੀ ਮਤਲਬ ਕਰਕੇ ਵਿਚਕਾਰ ਹੀ ਕੋਲਜ ਹੀ ਛੱਡ ਦਿੱਤਾ ਸੀਗਾ ਫਿਰ ਮਨ ਬੜਾ ਦੁਖੀ ਹੋਇਆ ਕਿ ਯਾਰ ਮੈਨੂੰ ਤਾਂ ਐਂ ਲੱਗਦਾ ਕਿ ਸਾਡੀ ਜ਼ਿੰਦਗੀ 'ਚ ਤਾਂ ਪੜ੍ਹਾਈ ਵੀ ਨਹੀਂ ਲਿਖੀ ਹੋਈ ਵੀ ਜਦੋਂ ਬੱਚੇ ਇੱਦਾਂ ਕਰੂਗੇ ਫਿਰ ਇਕੱਲਾ ਬੱਚਾ ਕੀ ਕਰ ਲਏਗਾ ਹੈ ਨਾ ਬੜਾ ਦੁੱਖ ਲੱਗਾ ਸੀ ਅਤੇ ਫਿਰ ਮੈਂ ਵਿੱਚ ਹੀ ਆਪਣੀ ਪੜ੍ਹਾਈ ਵੀ ਛੱਡਤੀ ਵੀ ਜਿਹੜੇ ਨਾਲ ਰਹਿੰਦੇ ਰੋਜ਼ ਬੱਚੇ ਉਹ ਵੀ ਇੱਦਾਂ ਕਰੂਗੇ ਅਤੇ ਫਿਰ ਬਸ ਔਰ ਕੁਛ ਫਰੈਂਡਸ ਇੱਦਾਂ ਦੇ ਜਿਨ੍ਹਾਂ ਦੇ ਸਾਡੇ ਸਾਹਾਂ 'ਚ ਸਾਹ ਆ ਉਹ ਤਾਂ ਇੱਕ ਮਿੰਟ ਵੀ ਜਿੱਦਾਂ ਉਹਨਾਂ ਨੂੰ ਐਂ ਲੱਗਦਾ ਕਿ ਇਹਦੇ ਬਿਨਾਂ ਤਾਂ ਮੈਂ ਕੁਛ ਨਹੀਂ ਹਾਂ ਕੋਈ ਗੱਲਬਾਤ ਵੀ ਕਰਨੀ ਇਹਦੇ ਨਾਲ ਹੀ ਪਰ ਕੁਛ ਜਦੋਂ ਇੱਦਾਂ ਕਰਦੇ ਫਿਰ ਬੜਾ ਮਨ ਦੁਖਦਾ ਵੀ ਕਿਤੇ ਜਿਹੜੇ ਚੰਗੇ ਉਹ ਵੀ ਅੰਦਰੋਂ ਅੰਦਰੀ ਐਂ ਤਾਂ ਨਹੀਂ ਸੋਚਦੇ ਸਾਡੇ ਸਾਹਮਣੇ ਤਾਂ ਨਹੀਂ ਦਿਖਾਵਾ ਕਰਦੇ ਫਿਰ ਇੱਦਾਂ ਮਨ 'ਚ ਬੜੇ ਖਿਆਲ ਆਉਂਦੇ ਆ। ਮੈਡਮ ਤੁਸੀਂ ਤਾਂ ਚਲੋ ਤੁਰ ਫਿਰ ਸਕਦੇ ਹੋ ਫਿਰ ਇਹਨਾਂ ਦੋਨਾਂ ਭੈਣਾਂ ਦਾ ਕਿਵੇਂ ਖਿਆਲ ਰੱਖਦੇ ਹੋ ਤੁਸੀਂ?
ਇਹਨਾਂ ਦਾ ਸਰ ਜਿੱਦਾਂ ਖਿਆਲ ਰੱਖਣਾ ਘਰ ਦੇ ਵਿੱਚ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਹੈ ਨਾ, ਇਹ ਆਪਣਾ ਖਿਆਲ ਆਪੇ ਹੀ ਇਹਨਾਂ ਨੇ ਆਪਣਾ ਨਹਾਉਣਾ ਵਗੈਰਾ, ਹੈ ਨਾ, ਖਾਣਾ ਖਾਣਾ ਸਭ ਕੁਛ ਆਪਣੇ ਆਪ ਹੀ ਕਰ ਲੈਂਦੇ ਆ। ਜਿੱਦਾਂ ਸਾਨੂੰ ਇਹ ਹੁੰਦਾ ਇਹਨਾਂ ਦੇ ਵਾਲ ਵਗੈਰਾ ਵਾਹਣੇ ਪੈਂਦੇ ਆ ਜਾਂ ਖਾਣਾ ਵਗੈਰਾ ਦੇਣਾ ਪੈਂਦਾ ਖਾਣ ਵਾਸਤੇ ਇਹਨਾਂ ਨੂੰ, ਅਤੇ ਬਸ ਇਹ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪੈਂਦਾ। ਜਾਂ ਬਾਹਰ ਅੰਦਰ ਜਾਣ ਵੇਲੇ ਫਿਰ ਥੋੜ੍ਹੀ ਮੁਸ਼ਕਿਲ ਆਉਂਦੀ, ਫਿਰ ਮੰਮੀ ਹੁਣੀ ਇਹਨਾਂ ਨੂੰ ਚੱਕ ਥੱਲ ਕਰਦੇ ਆ ਜਾਂ ਮੈਂ ਤਾਂ ਨਹੀਂ ਕਰ ਸਕਦੀ। ਅਤੇ ਬਾਕੀ ਹੋਰ ਤਾਂ ਇੰਨੀ ਸਾਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਇਹਨਾਂ ਦੀ ਲੱਗਦੀ। ਜਿੱਦਾਂ ਹੁਣ ਟਰਾਈਸਾਈਕਲ 'ਤੇ ਕਿਤੇ ਜਾਣਾ, ਸ਼ੋਪ ਲਗਾਉਂਦੇ, ਉੱਥੇ ਵੀ ਟਰਾਈਸਾਈਕਲ 'ਤੇ ਜਾਂਦੇ, ਆਪੇ ਚਲਾ ਕੇ ਚਲੇ ਜਾਂਦੇ ਆ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਆ। ਜਿੱਦਾਂ ਉੱਤੇ ਬਿਠਾਉਣਾ ਪੈਂਦਾ ਬਸ, ਜੇ ਮੰਮੀ ਨਹੀਂ ਹੋਣ ਤਾਂ ਫਿਰ ਗਵਾਂਢ 'ਚ ਭਾਬੀ ਹੈਗੇ, ਆਵਾਜ਼ ਮਾਰ ਦੀ ਆ ਕਿ ਬਿਠਾ ਦਿਉ, ਬਿਠਾ ਦਿੰਦੇ ਆ। ਹਾਂਜੀ ਮੈਡਮ, ਤੁਸੀਂ ਵੀ ਇਹ ਨਾ ਮੰਗੂ ਸੀਗੇ ਪਹਿਲੇ? ਹਾਂਜੀ ਸਰ, ਮੈਂ ਇੱਦਾਂ ਹੀ ਮਤਲਬ ਜਿੱਦਾਂ ਸੀਗੀ, ਪਰ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਸੀ ਮੈਨੂੰ। ਜਿੱਦਾਂ ਇਹਨਾਂ ਦੀਆਂ ਬਾਹਾਂ ਵਗੈਰਾ 'ਚ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ, ਮੇਰੇ ਇੱਦਾਂ ਨਹੀਂ ਸੀ, ਮੇਰੀ ਬੋਡੀ ਠੀਕ ਸੀ, ਬਸ ਮੇਰੇ ਲੱਤਾਂ ਦੇ ਵਿੱਚ ਜ਼ਿਆਦਾ ਗੋਡਿਆਂ ਤੋਂ ਥੱਲੇ ਥੱਲੇ ਪ੍ਰੋਬਲਮ ਸੀਗੀ। ਫਿਰ ਮੈਂ ਜਿੱਦਾਂ ਮੇਰੇ ਓਪਰੇਸ਼ਨ ਹੋਇਆ, ਓਪਰੇਸ਼ਨ ਹੋਣ ਤੋਂ ਬਾਅਦ ਚੱਲਣ ਲੱਗੀ, ਪਹਿਲਾਂ ਮੈਂ ਗੋਡਿਆਂ ਨਾਲ ਚੱਲਦੀ ਹੁੰਦੀ ਸੀਗੀ, ਮਤਲਬ ਪੈਰਾਂ 'ਤੇ ਨਹੀਂ ਖੜੀ ਹੋ ਸਕਦੀ ਸੀ, ਪੈਰ ਤਾਂ ਇੱਦਾਂ ਪਿੱਛੇ ਨੂੰ ਮੁੜ ਕੇ ਲੱਗੇ ਹੋਏ ਸੀਗੇ। ਅਤੇ ਹੁਣ ਤਾਂ ਮੇਰੀ ਠੀਕ ਆ ਪ੍ਰੋਬਲਮ, ਬਿਲਕੁਲ ਮੈਂ ਚੱਲ ਫਿਰ ਰਹੀ ਹਾਂ, ਬੜੀ ਸੋਹਣੀ ਮੈਰਿਡ ਆ, ਮੇਰੇ ਬੱਚਾ ਹੈਗਾ ਇੱਕ, ਠੀਕ ਆ। ਫਿਰ ਠੀਕ ਕਿਵੇਂ ਹੋਏ, ਕੀ ਮੁਸ਼ਕਿਲਾਂ ਦਾ ਤੁਹਾਨੂੰ ਉਸ ਟਾਈਮ ਸਾਹਮਣਾ ਕਰਨੇ ਪਿਆ? ਮੁਸ਼ਕਿਲਾਂ ਦਾ ਸਰ ਸਟਾਰਟਿੰਗ 'ਚ ਤਾਂ ਚਲੋ ਜਦੋਂ ਓਪਰੇਸ਼ਨ ਹੋਏ ਆ, ਉਹ ਤਾਂ ਜੋ ਸਮਾਂ ਜਿੱਦਾਂ 2-3 ਮਹੀਨੇ ਮੈਨੂੰ ਪਲਾਸਟਰ ਲੱਗੇ ਰਹੇ ਆ, ਮੰਮਾ ਮੇਰੇ ਚੁੱਕ ਕੇ ਹੀ ਸਾਰਾ ਮੈਨੂੰ ਨਵਾਉਂਦੇ ਆਪ, ਮੈਨੂੰ ਵਾਸ਼ਰੂਮ ਵਗੈਰਾ ਸਭ ਕੁਛ ਖੁਦ ਹੀ ਕਰਦੇ ਸੀਗੇ, ਹੈ ਨਾ। ਅਤੇ ਉਦੋਂ ਵਜ਼ਨ 3 ਮਹੀਨੇ ਤੱਕ ਵਜ਼ਨ ਨਹੀਂ ਦੇਣਾ ਸੀਗਾ, ਔਰ ਮੇਰੇ 2 ਓਪਰੇਟ ਇਕੱਠੇ ਡਾਕਟਰ ਨੇ ਕੀਤੇ 3, ਮੇਰੀ ਬਾਂਹ ਵੀ ਪ੍ਰੋਬਲਮ ਸੀਗੀ ਬਾਂਹ 'ਚ। ਅਤੇ ਉਸ ਤੋਂ ਬਾਅਦ ਜਿੱਦਾਂ ਸੀਗਾ, ਮਤਲਬ ਜਦੋਂ ਮੈਂ ਚੱਲਣਾ ਸਟਾਰਟ ਕੀਤਾ ਨਾ, ਤਾਂ ਮਤਲਬ ਉਸ ਤੋਂ ਬਾਅਦ ਮੈਂ 2-3 ਵਾਰ ਡਿੱਗ ਗਈ। ਜਦੋਂ ਮੈਂ ਡਿੱਗਦੀ ਸੀ ਤਾਂ ਮੇਰੀ ਲੱਤ ਟੁੱਟ ਜਾਂਦੀ ਸੀ, ਪਹਿਲਾਂ ਮੇਰੇ ਲੱਤ ਤੋਂ ਜਿੱਦਾਂ ਨੀਚੇ ਨੀਚੇ ਓਪਰੇਟ ਹੋਏ ਸੀਗੇ, ਰਾੜ ਪਏ ਸੀ। ਫਿਰ ਮੈਂ ਤੁਰਨ ਲੱਗੀ 2 ਮਹੀਨੇ, ਫਸਟ ਟਾਈਮ ਜਦੋਂ ਮੈਂ ਚੱਲਣ ਲੱਗੀ, ਮੈਂ 15 ਦਿਨ ਹਜੇ ਹੋਏ ਸੀ ਚੱਲਦੀ ਨੂੰ, ਮੈਂ ਡਿੱਗ ਗਈ, ਮੇਰੀ ਦੂਸਰੀ ਲੱਤ ਦੀ ਹੱਡੀ ਟੁੱਟ ਗਈ। ਫਿਰ ਮੈਂ 2 ਮਹੀਨੇ ਚੱਲੀ, ਫਿਰ ਉਸ ਤੋਂ ਬਾਅਦ ਫਿਰ ਡਿੱਗੀ, ਫਿਰ ਅਗਲੀ ਲੱਤ ਦੀ ਹੱਡੀ ਟੁੱਟ ਗਈ। ਫਿਰ 2 ਸਾਲ ਬਾਅਦ ਫਿਰ ਮੈਂ ਚੱਲਦੀ ਰਹੀ, 2 ਸਾਲ ਹੋਏ ਮੈਨੂੰ ਚੱਲਦੀ ਨੂੰ। ਫਿਰ ਮੈਂ ਡਿੱਗੀ, ਫਿਰ ਮੇਰੀ ਲੱਤ ਦੀ ਰਾੜ ਵੀ ਟੁੱਟੀ, ਹੱਡੀ ਵੀ ਟੁੱਟੀ, ਫਿਰ ਮੇਰਾ ਓਪਰੇਟ ਹੋਇਆ, ਫਿਰ 3 ਮਹੀਨੇ ਪਲਾਸਟਰ। ਇੱਦਾਂ ਹੀ ਮੈਂ ਮਤਲਬ ਮੇਰੇ 5-7 ਸਾਲ ਤਾਂ ਇੱਦਾਂ ਹੀ ਨਿਕਲਦੇ ਗਏ, ਹੱਡੀਆਂ ਟੁੱਟੀ ਗਈਆਂ, ਪਲਾਸਟਰ ਲੱਗੀ ਗਏ, ਟੁੱਟੀ ਗਈਆਂ, ਓਪਰੇਸ਼ਨ ਹੋਈ ਗਏ, ਮਤਲਬ ਮੇਰੇ 7-8 ਓਪਰੇਸ਼ਨ ਹੋਏ ਆ। ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਬਹੁਤ ਜ਼ਿਆਦਾ, ਔਰ ਉਹ ਸਾਰਾ ਕੁਛ ਮੇਰੇ ਮੰਮਾ ਨੇ ਇਕੱਲੇ ਫੇਸ ਕੀਤਾ। ਹੋਸਪਿਟਲ ਵਿੱਚ ਮੇਰੇ ਨਾਨੀ ਬਜ਼ੁਰਗ ਹੈਗੇ, ਉਹ ਵਿਚਾਰੇ ਨਾਲ ਮੰਮਾ ਦੇ ਕਟਾਉਂਦੇ ਰਹੇ ਰਾਤਾਂ, ਅਤੇ ਬਸ ਮਿਲ ਕੇ ਭੈਣ ਛੋਟੀ ਸੀਗੀ, ਉਹ ਟਾਈਮ ਸਾਨੂੰ ਕਦੇ ਨਹੀਂ ਭੁੱਲਣਾ। ਮੇਰੀ ਛੋਟੀ ਸਿਸਟਰ ਜਿਹੜੀ ਮੇਰੇ ਤੋਂ ਬਿਲਕੁਲ ਨੋਰਮਲ ਆ, ਉਹ 12 ਸਾਲ ਦੀ ਸੀਗੀ, ਜਿੱਦਾਂ ਉਹਨਾਂ ਨੇ ਮਤਲਬ ਸਾਰਾ ਰੋਟੀ ਸਬਜ਼ੀ ਵੀ ਕਰਨਾ, ਇਹਨਾਂ ਨੂੰ ਵੀ ਸੰਭਾਲਣਾ, ਸਾਨੂੰ ਕੋਈ ਉੱਥੇ ਘਰ ਮਤਲਬ ਰੋਟੀ ਦੇਣ ਵੀ ਨਹੀਂ ਜਾਂਦਾ ਹੁੰਦਾ ਸੀ। ਅਸੀਂ ਕਾਫੀ ਟਾਈਮ ਤਾਂ ਮਤਲਬ ਮੁੱਲ ਰੋਟੀ ਹੋਸਪਿਟਲ ਤੋਂ ਲੈ ਕੇ ਖਾਂਦੇ ਰਹੇ ਹਾਂ। ਫਿਰ ਮੇਰੇ ਇੱਕ ਮਾਸੀ ਜੀ ਨੇੜੇ ਸੀ, ਉਹਨਾਂ ਨੂੰ ਪਤਾ ਲੱਗਾ, ਹੋਰ ਸਾਨੂੰ ਰੋਟੀ ਸਬਜ਼ੀ ਪਹੁੰਚਾਉਂਦੇ ਰਹੇ। ਬੜਾ ਕੁਛ ਫੇਸ ਕੀਤਾ ਅਸੀਂ, ਤਾਂ ਜਾ ਕੇ ਇੱਦਾਂ ਪੈਰਾਂ 'ਤੇ ਖੜ੍ਹੇ ਹੋਏ ਹਾਂ। ਮੰਮਾ ਨੇ ਸਾਰਾ ਕੁਛ ਇਕੱਲਿਆਂ ਹੀ ਕੀਤਾ। ਹਾਂਜੀ ਮੈਡਮ, ਜਿਸ ਤਰ੍ਹਾਂ ਤੁਸੀਂ ਕੋਸਮੈਟਿਕ ਦੀ ਦੁਕਾਨ ਲਾਉਂਦੇ ਹੋ, ਰੋਡ ਦੇ ਉੱਪਰ ਲਾਉਂਦੇ ਹੋ, ਗੁਜ਼ਾਰਾ ਹੋ ਜਾਂਦਾ ਹੈ ਘਰ ਦਾ? ਸਰ ਘਰ ਦਾ ਗੁਜ਼ਾਰਾ ਤਾਂ ਨਿੱਕੀ ਮੋਟੀਆਂ ਚੀਜ਼ਾਂ ਵਿੱਚੋਂ ਲੈ ਆਈਦੀਆਂ, ਪਰ ਜਿੱਦਾਂ ਜ਼ਿਆਦਾ ਨਹੀਂ, ਕਿਉਂਕਿ ਅਸੀਂ ਹਜੇ ਸਾਡਾ ਇੰਨਾ ਸੇਲ ਨਹੀਂ ਹੁੰਦਾ, ਹੈ ਨਾ। ਦਿਨ ਤਿਉਹਾਰ 'ਤੇ ਜਿਹੜਾ ਹੋਇਆ ਦੀਵਾਲੀ ਵਗੈਰਾ 'ਤੇ, ਅਸੀਂ ਉਹ ਜਿੱਦਾਂ ਬਸ ਸਮਾਨ ਹੀ ਪਾ ਰਹੇ ਹਾਂ। ਸਾਡੀ ਜਿੱਦਾਂ ਡੇਲੀ ਦੀ ਹੋਵੇ 1000 ਰੁਪਈਆ ਸੇਲ, ਹੈ ਨਾ, ਫਿਰ ਥੋੜ੍ਹਾ ਸਹੀ ਰਹਿੰਦਾ, ਬੰਦਾ ਵਿੱਚੋਂ ਅੱਧੇ ਪੈਸਿਆਂ ਦਾ ਸਮਾਨ ਪਾਉਂਦਾ, ਅੱਧੇ ਦਾ ਘਰ ਦਾ ਗੁਜ਼ਾਰਾ ਕਰਦਾ। ਪਰ ਸਾਡੀ ਕਦੀ 200 ਦੀ ਸੇਲ, ਕਦੀ 300 ਦੀ, ਪੂਰੀ ਦਿਹਾੜੀ ਵਿੱਚ, ਹੈ ਨਾ, ਇੱਦਾਂ 7-8 ਹਜ਼ਾਰ ਜਿਹੜਾ ਮਹੀਨੇ ਦਾ ਹੁੰਦਾ, ਉਹਦਾ ਅਸੀਂ ਸਮਾਨ ਹੀ ਪਾ ਰਹੇ ਹਾਂ। ਮਤਲਬ ਕੋਈ ਸਾਨੂੰ ਉਹਦੇ ਵਿੱਚੋਂ ਘਰ ਦੇ ਖਰਚੇ ਵਾਸਤੇ ਨਹੀਂ ਬਚਦਾ ਹੈਗਾ, ਕਿਉਂਕਿ ਸਾਨੂੰ ਐਂ ਹੁੰਦਾ ਸਮਾਨ ਵੀ ਸਾਡੇ ਕੋਲ ਪ੍ਰੋਪਰ ਚਾਹੀਦਾ ਕਿ ਕਸਟਮਰ ਸਾਡਾ ਖਾਲੀ ਨਾ ਜਾਵੇ। ਜਿਹੜੀ ਚੀਜ਼ ਦੀ ਡਿਮਾਂਡ ਕਰਦਾ, ਅਸੀਂ ਅੱਗੋਂ ਨਵੀਂ ਤੋਂ ਨਵੀਂ ਚੀਜ਼ ਲਿਆ ਕੇ ਰੱਖਦੇ ਹਾਂ। ਮੈਡਮ ਤੁਹਾਨੂੰ ਤਾਂ ਨਹੀਂ ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਹੈ? ਠੀਕ ਹੈ, ਮੈਰਿਜ ਕਰਵਾਉਣਾ, ਜਿਸ ਤਰ੍ਹਾਂ ਅੱਜ ਕੱਲ੍ਹ ਕੁੜੀਆਂ ਹੁੰਦੀਆਂ, ਮੈਂ ਮੈਰਿਜ ਕਰਵਾ ਲਵਾਂ, ਮੇਰੇ ਵੀ ਬੱਚੇ ਹੋਣ, ਤੁਹਾਨੂੰ ਤਾਂ ਨਹੀਂ ਜ਼ਿੰਦਗੀ ਦੇ ਨਾਲ ਗਿਲਾ ਸ਼ਿਕਵਾ? ਨਹੀਂ, ਮੈਰਿਜ ਦਾ ਤਾਂ ਬਿਲਕੁਲ ਸ਼ੌਂਕ ਨਹੀਂ ਹੈਗਾ। ਮੇਕਅਪ ਦਾ ਸ਼ੌਂਕ ਆ, ਮੇਕਅਪ ਆਪਾਂ ਇੱਦਾਂ ਕਰ ਲਈਦਾ, ਮੇਕਅਪ ਵਗੈਰਾ ਦੇਖ ਕੇ ਚਲੋ ਕਈ ਬੋਲਦੇ ਬਹੁਤ ਕਿ
तू इन्ना मेकअप किया, तेरी की डोली उठनी आ, तेरा की इतने मकलावा आना है, ऐदा बो करते। बट आप हम टेंशन नहीं ले दी कि जेने बोलना बोली आ, लोगों के कड़ा इतने मूँह फड़ लेने हैं, कहने देंगे दाती एक पासे देंगे तो लोगों के दोनों पासे देंगे, है ना। इसलिए आप जेड़ा बोला बोलता बोली आवे, आप हम टेंशन नहीं छड़ दिती, मेकअप करके आप शौक पूरा कर लीदा, ब्याह का तो शौक नहीं है। की शौक ने तुहाडे? शौक बस मेकअप करन दा शौक है। हाँ जी मैडम, तुहानू तो नहीं शौक है ब्याह करवाण दा? आपां दा शौक तो कोई नहीं हैगा, बस जो शौक इहदे होए बस घूमण फिरन दा, ज्यादा घूमण फिरन जा नहीं हुंदा इन्ना, जिहड़ा कदे जांदे सारी फैमिली इकट्ठे जांदे। मैडम जिस तरह तुसीं दस्सदे हो कि घर दे हालात भी बहुत खराब ने तुहाडे, कोई हैल्प वगैरह चाहुंदे हो तुसीं? सर हैल्प तो चलो असी की मतलब ये आ कि साडा अपना ही मतलब चलो जिदा पहला साड़ी एक इंटरव्यू होर हुई सी, उहदे विच एक भाजी आए सीगे कह रहे आपां शॉप खोल के देवांगे, भी चलो जे मतलब हजे सानू शॉप नहीं मिलती पई, जे शॉप रेडी हो गई तो असी आपे ही अपना गुजारा साडा वधिया हो ही जाना आ, है ना, उहदे विचों ही साडा खर्चा ते हैल्प दी आपां नू फिर लोड़ ही नहीं आ। बाकी देखो सारे समझदार आ, देख ही रहे आ, है ना, जे कोई हैल्प करना चाहे भी तो मतलब सानू कोई वह प्रॉब्लम नहीं हैगी। हाँ जी अपना नंबर शेयर कर दो, क्योंकि जे कोई तुहाडे हेल्प करना चाह सके ते साडे चैनल दे माध्यम राही ते तुहाडे नाल कॉन्टैक्ट कर सकन लोग। हाँ जी सर मेरा कॉन्टैक्ट नंबर, हाँ जी मैं शेयर तो कर दिंदी हाँ, बट मैनू ऐ आ कि कुछ लोग एवें मजाक तौर पर फोन करते हैं बिना गल दे, बस वो ऐदां दा कुछ नहीं, मतलब जिन्हें हेल्प करनी मेरे नंबर पर कॉल कर सकता 8725070910। एक बार फिर रिपीट कर, 8725070910। बहुत बहुत शुक्रिया जी कीमती समा देने दे लिए। सो तिने भैणा दे नाल तुहाडी मुलाकात करवाई, इन्हां दी जिंदगी बारे भी तुहाडे नाल गलबात सांझी कीती। जे तुहानू साडी वीडियो चंगी लगी वध तो वध शेयर करो इस वीडियो नू, जुड़े रहो पंजाब न्यूज़ दे नाल।